ਮੈਂ ਅਮਨਦੀਪ ਸਿੰਘ ਪਿੰਡ ਦਿਆਲ ਭੱਟੀ ਤੋਂ। ਇਹ ਮੇਰੇ ਸਾਰੇ ਕਿਸਾਨ ਭਰਾ ਮੇਰੇ ਨਾਲ ਬੈਠੇ ਨੇ, ਜਿਹੜੇ ਕਿ ਅਸੀਂ ਪਿਛਲੇ 3 ਸਾਲ ਤੋਂ ਲਸਟਰ ਦਾ ਪ੍ਰੋਡਕਟ ਯੂਜ਼ ਕਰਦੇ ਆ ਰਹੇ ਹਾਂ। ਲਸਟਰ ਦਾ ਪ੍ਰੋਡਕਟ ਜਿਹੜਾ ਵਾ ਇਹਦਾ ਯੂਜ਼ ਕਰਨ ਦੇ ਨਾਲ ਉਹ ਫਸਲ ਜਿਹੜੀ ਆ ਬਹੁਤ ਸਿਹਤਮੰਦ ਰਹਿੰਦੀ ਆ। ਸਿਹਤਮੰਦ ਹੋਣ ਦੇ ਨਾਲ ਉਹਦੇ ਝਾੜ ਦੇ ਵਿੱਚ ਵਾਧਾ ਹੁੰਦਾ, ਝਾੜ ਦਾ ਵਾਧਾ ਹੋਣ ਦੇ ਨਾਲ ਸਾਨੂੰ ਜਿਹੜੀ ਕਮਾਈ ਉਹਦੇ ਵਿੱਚ ਵਾਧਾ ਮਿਲਦਾ ਵਾ। ਬਾਕੀ ਮੇਰੇ ਕਿਸਾਨ ਭਰਾ ਵੀ ਕੁਝ ਦੱਸਣਗੇ ਆਪਣੇ ਵਿਚਾਰ। ਅਸੀਂ ਪਹਿਲੀ ਸਪਰੇ ਜਿਹੜੀ ਆ ਲਸਟਰ ਦੀ ਉਹ 50 ਤੋਂ 55 ਦਿਨ ਦੇ ਵਿੱਚ ਕੀਤੀ, ਦੂਸਰੀ ਸਪਰੇ ਜਿਹੜੀ ਅਸੀਂ 75 ਤੋਂ 80 ਦਿਨ ਦੇ ਵਿੱਚ ਕੀਤੀ, ਜਿਸ ਦਾ ਸਾਨੂੰ ਬਹੁਤ ਫਾਇਦਾ ਹੋਇਆ। ਜਦੋਂ ਦੂਸਰੀ ਸਪਰੇ ਅਸੀਂ 2 ਤੋਂ 5% ਮੁੰਜਰਾਂ ਨਿਕਲੀਆਂ ਉਦੋਂ ਕੀਤੀ। ਮੈਂ ਜੀ ਮੈਂ ਲਸਟਰ ਦੀ ਸਪਰੇ ਕੀਤੀ ਅਤੇ ਮੈਂ ਮੰਡੀ ਝੋਨਾ ਲੈ ਗਿਆ, ਮੈਨੂੰ 150-200 ਰੁਪਇਆ ਕੁਇੰਟਲ ਵੱਧ ਮਿਲਿਆ। ਪਰਾਲੀ ਮੇਰੀ ਹਰੀ ਰਹਿੰਦੀ ਰਹੀ। ਵੀਰ ਜੀ ਪਰਾਲੀ ਹਰੀ ਰਹਿਣ ਦਾ ਕਾਰਨ ਆ 2 ਲਸਟਰ ਦੀਆਂ ਸਪਰੇਵਾਂ ਕਰੋ ਅਤੇ ਉਹ ਮੁੱਢਾਂ ਤੱਕ ਹਰੀ ਰਹੇਗੀ ਅਤੇ ਉਹ ਪੈਦਾਵਾਰ ਵਧੀਆ ਰਹੇਗੀ ਅਤੇ 5 ਤੋਂ ਲੈ ਕੇ 14-15 ਦਿਨ ਤੱਕ ਵੱਧ ਬੂਟਾ ਹਰਿਆ ਲਏਗਾ ਅਤੇ 5 ਤੋਂ ਵਧੀਆ ਤਾਕਤਵਰ ਦਾਣੇ ਹੋਣ ਨਾਲ 15 ਦਿਨ ਵੱਧ ਲਏਗੀ। ਜੀ ਸਾਡੇ ਏਰੀਏ 'ਚ ਲੱਗਦੀ ਆ 11-21 ਨੂੰ ਬਹੁਤ ਜ਼ਿਆਦਾ ਬਿਮਾਰੀ ਆਉਂਦੀ ਆ। 11-21 ਦੀ ਅਸੀਂ 3-4 ਸਾਲ ਤੋਂ ਲਸਟਰ ਦੀ ਸਪਰੇਅ ਕਰ ਰਹੇ ਹਾਂ, ਸਾਡੀ ਤਾਂ ਇੱਕ ਸਮਝ ਲਓ ਵੀ ਟੈਂਸ਼ਨ ਫਰੀ ਹੋ ਗਏ ਹਾਂ, ਕੋਈ ਟੈਂਸ਼ਨ ਨਹੀਂ ਆ। ਲਸਟਰ ਦੀ 55 ਤੋਂ 60 ਦਿਨਾਂ ਦੇ ਵਿੱਚ ਇੱਕ ਪਹਿਲੀ ਸਪਰੇਅ ਕਰੋ ਅਤੇ 70 ਤੋਂ 75 ਦਿਨ ਦੇ ਵਿੱਚ ਦੂਜੀ ਸਪਰੇਅ ਕਰੋ। ਆਪਣਾ ਤੁਹਾਡਾ ਝੋਨਾ ਜਿਹੜਾ ਲੈਮੀਨੇਸ਼ਨ ਹੋ ਜੂਗਾ, ਤੁਹਾਡਾ ਲੈਮੀਨੇਸ਼ਨ ਹੋਣ ਦਾ ਕਾਰਨ ਇਹ ਆ ਵੀ ਕੋਈ ਬਿਮਾਰੀ ਨਹੀਂ ਆ ਸਕਦੀ, ਇਹਦੇ ਨਾਲ ਤੁਹਾਡਾ ਝਾੜ ਵੱਧਦਾ। ਜੇ 2 ਤੋਂ 2.5 ਕੁਇੰਟਲ ਮੈਨੂੰ ਜਿੱਦਾਂ ਕਿ ਮੈਨੂੰ ਕਿੱਲੇ ਮਗਰ 10 ਤੋਂ 12 ਹਜ਼ਾਰ ਰੁਪਏ ਦਾ ਫਾਇਦਾ ਹੋ ਗਿਆ। ਮੈਂ ਤਾਂ ਲਸਟਰ ਯੂਜ ਕਰਦਾ, ਤੁਸੀਂ ਮੇਰੇ ਭਰਾ ਲਸਟਰ ਯੂਜ ਕਰੋ।